ਵਿੱਚ ਕਹਿੰਦੇ ਕਿ ਭਾਵੇਂ ਉਹ ਅਕਾਲੀ ਦਲ ਸੁਧਾਰ ਲੈ ਰਿਹਾ, ਭਾਵੇਂ ਇਕੱਲੇ ਬੀਬੀ ਜਗੀਰ ਕੌਰ ਨੇ, ਉਹਨਾਂ ਦੇ ਪਿੱਛੇ ਕਹਿੰਦੇ ਕਿ ਬੀਜੇਪੀ ਦੀ ਪੂਰੀ ਸਪੋਰਟ ਹੈਗੀ। ਮੈਨੂੰ ਤਾਂ ਸਮਝ ਨਹੀਂ ਆਉਂਦੀ ਉਹ ਲੋਕ ਜਿਨ੍ਹਾਂ ਨੇ ਸਾਰੀ ਉਮਰ ਬੀਜੇਪੀ ਦਾ ਹੀ ਆਨੰਦ ਮਾਣਿਆ ਹੋਵੇ, ਮਨਿਸਟਰੀਆਂ ਭੋਗੀਆਂ ਹੋਣ, ਉਹਨਾਂ ਕੋਲੋਂ ਫਾਇਦੇ ਲਏ ਹੋਣ, ਉੱਥੋਂ ਕੰਮ ਕਰਾਏ ਹੋਣ, ਅੱਜ ਉਹ ਗੱਲਾਂ ਕਰਦੇ। ਛੱਜ 'ਤੇ ਬੋਲੇ ਛਾੜਨੀ ਤਾਂ ਨਾ ਬੋਲੇ ਕਮ ਸੇ ਕਮ, ਇਹ ਉਹਨਾਂ ਨੇ ਬੋਲੀ ਜਿਵੇਂ ਬੁਲਾਉਣੀ ਹੈ ਕਿਉਂਕਿ ਉਹ ਕਠਪੁਤਲੀ ਹੈਗਾ। ਸਿਸਕਾ ਜਿਹੜਾ ਅਪਮਾਨ ਹੋਇਆ ਸਿੰਘ ਸਾਹਿਬਾਨਾਂ ਦਾ, ਉਹਨਾਂ ਨੂੰ ਤਾੜਨਾ ਕਰਨ ਲੱਗ ਪਿਆ, ਬਿਰਸਾ ਸਿੰਘ ਬਟੋਏ ਨੂੰ ਨਹੀਂ ਤਾੜਨਾ ਕੀਤੀ। ਅਪਮਾਨ ਕਰ ਰਹੇ ਤਖਤਾਂ ਦਾ, ਅਧਿਕਾਰ ਖੇਤਰ ਜਿਹੜਾ ਤਖਤਾਂ ਦੇ ਹੈ ਜਥੇਦਾਰਾਂ ਦਾ, ਉਹਨੂੰ ਵੀ ਮਿਸਯੂਜ਼ ਕਰ ਰਹੇ। ਕਹਿੰਦੇ ਬੀਬੀ ਜਗੀਰ ਕੌਰ ਦਾ ਮਾਮਲਾ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਲਿਆਂਦਾ ਗਿਆ ਸੀਗਾ, ਆਇਆ ਸੀਗਾ, ਪਰ ਬੀਬੀ ਜਗੀਰ ਕੌਰ ਕਹਿੰਦੇ ਆਪ ਮੁਹਾਰੇ ਹੀ ਖੜ੍ਹ ਕੇ ਇੱਕ ਵਾਰੀ ਪੁੱਛਣਾ ਵੀ ਵਾਜਬ ਨਹੀਂ ਸਮਝਿਆ। ਮੈਂ ਕਦ ਤੋਂ ਪੁੱਛਾਂ, ਮੈਂ ਕੋਈ ਤਨਖਾਹੀ ਹਾਂ ਜਿਹੜੀ ਮੈਂ ਪੁੱਛਣਾ? ਐਡੀ ਪੁਰਾਣੀ ਪਾਰਟੀ, ਐਡੀ ਇਤਿਹਾਸਕ ਪਾਰਟੀ, ਅੱਜ ਅਚਾਨਕ ਫੈਸਲਾ ਕਰ ਲੈਂਦੀ ਹੈ ਕਿ ਨਹੀਂ ਅਸੀਂ ਪ੍ਰਧਾਨ ਸਾਡੇ ਨਾਲ ਨਹੀਂ ਹੈਗੇ, ਤਾਂ ਕਰਕੇ ਅਸੀਂ ਚੋਣ ਨਹੀਂ ਲੜਾਂਗੇ, ਇੱਕ ਬੰਦੇ ਪਿੱਛੇ ਸਾਰੀ ਪਾਰਟੀ ਦੀ ਪਿੱਠ ਲੱਗ। ਪ੍ਰਧਾਨ ਨਹੀਂ ਲੜ ਸਕਦਾ ਸੀਗਾ ਅਤੇ ਬਾਕੀ ਪਾਰਟੀ ਹੈ ਨਹੀਂ, ਇਹਦਾ ਮਤਲਬ। ਸੋ ਇਹ ਇੱਕ ਵਨ ਮੈਨ ਸ਼ੋਅ ਚੱਲਦਾ ਸੀ ਪਹਿਲਾਂ ਦਾ, ਅਸੀਂ ਕਹਿੰਦੇ ਸੀ ਕੱਲ੍ਹ ਉਹਨਾਂ ਮੋਹਰ ਲਾਤੀ। ਇੰਨੀ ਚੋਣਾਂ ਨਹੀਂ ਲੜਨੀਆਂ, ਪਰ ਪ੍ਰਧਾਨ ਦੀ ਜਿਹੜੀ ਚੋਣ ਹੈ ਉਹ ਕਹਿੰਦੇ ਲੜਾਂਗੇ, ਔਰ ਉਹ ਲਾਣ ਵੀ ਨਹੀਂ ਹੈ ਨਾ, ਦੋ ਪੈਮਾਨੇ ਆ, ਇਹਦਾ ਕਬਜ਼ਾ ਨਾ ਛੁੱਟ ਜਾਵੇ, ਆਪਣੀ ਤਾਕਤ ਹੀ ਕੋਈ ਨਹੀਂ ਰਹਿ ਗਈ, ਆਹ ਸਾਰੀ ਤਾਕਤ ਆਪਣੀ ਚੋਲੀ 'ਚ ਪਾਉਣੀ ਚਾਹੁੰਦੇ। ਗੱਲ ਚੱਲਦੀ ਹੈ ਕਿ ਅੰਦਰ ਖਾਤੇ ਭਾਜਪਾ ਦੀ ਸਪੋਰਟ ਹੋ ਸਕਦੀ, ਤੁਹਾਨੂੰ ਲੱਗਦਾ ਸਹੀ? ਮੈਂ ਤਾਂ ਕਹਿੰਦੀ ਕਿ ਆਪਸ 'ਚ ਇਹਨਾਂ ਦਾ ਪਰਿਵਾਰਕ ਤੌਰ 'ਤੇ ਰਿਸ਼ਤਾ ਹੀ ਇੱਦਾਂ ਦਾ ਕਿ ਇਹਨਾਂ ਨੇ ਨਾਂ ਲੜਨਾ ਮਨਜ਼ੂਰ ਕਰ ਲਿਆ ਵੀ ਆਪਣਾ ਭਰਾ ਨਾ ਸਾਡਾ। ਅਠਾਈ ਤਰੀਕ ਨਜ਼ਦੀਕ ਹੈ, ਐਸ ਜੀ ਪੀ ਸੀ ਪ੍ਰਧਾਨ ਦੀਆਂ ਇਲੈਕਸ਼ਨਸ ਨੇ, ਔਰ ਉਸ ਤੋਂ ਲੈਦਾ ਜ਼ਿਮਨੀ ਚੋਣਾਂ ਨੂੰ ਲੈ ਕੇ ਬਹੁਤ ਕੁਝ ਵਾਪਰਿਆ। ਫਿਲਹਾਲ ਬੀਬੀ ਜਗੀਰ ਕੌਰ ਸਾਡੇ ਨਾਲ ਮੌਜੂਦ ਨੇ, ਉਮੀਦਵਾਰੀ ਕਰ ਰਹੇ ਐਸ ਜੀ ਪੀ ਸੀ ਦੀ ਪ੍ਰਧਾਨਗੀ ਦੀ, ਔਰ ਇਸ ਦੇ ਇਲਾਵਾ ਸ਼੍ਰੋਮਣੀ ਅਕਾਲੀ ਦਲ ਬਾਰੇ ਵੀ ਇੱਕ ਦੋ ਸਵਾਲ ਨੇ ਜਿਹੜੇ ਬੀਬੀ ਜੀ ਤੋਂ ਕਰਨੇ ਲਾਜ਼ਮੀ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬੀਬੀ ਜੀ ਸਮਾਂ ਦਿੱਤਾ, ਬਹੁਤ ਸ਼ੁਕਰੀਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸ਼ੁਰੂਆਤ ਹੀ ਇੱਥੋਂ ਕਰਨੀ ਚਾਹੁੰਦਾ ਕਿ ਗੱਲਾਂ ਚੱਲ ਰਹੀਆਂ, ਕਹਿੰਦੇ ਕਿ ਦੋਵੇਂ ਸੱਤਾਧਾਰੀ ਪਾਰਟੀਆਂ ਬੀਬੀ ਜਗੀਰ ਕੌਰ ਜੀ ਦੇ ਹੱਕ ਦੇ ਵਿੱਚ ਗੱਲਾਂ ਕਰ ਰਹੀਆਂ। ਐਸ ਜੀ ਪੀ ਸੀ ਮੈਂਬਰਾਂ ਨੂੰ ਫੋਨ ਕਰਕੇ ਲੀਡਰ ਕਹਿੰਦੇ ਕਿ ਬੀਬੀ ਜਗੀਰ ਕੌਰ ਨੂੰ ਫੋਨ ਲਾਓ, ਇਹ ਕੀ ਚੱਲਦਾ ਪਿਆ? ਦੇਖੋ ਗੱਲ ਇਸ ਤਰ੍ਹਾਂ ਨਾ ਕਿ ਜਦੋਂ ਬੰਦਾ ਸਮਝੇ ਨਾ ਕਿ ਚੁਣੌਤੀ ਜਿਹੜੀ ਹੈ ਜ਼ਿਆਦਾ ਮਜ਼ਬੂਤ ਹੋ ਗਈ ਹੈ, ਉਸ ਵੇਲੇ ਫਿਰ ਚੀਕਾਂ ਜਿਹੀਆਂ ਵੱਜ ਜਾਂਦੀਆਂ, ਫਿਰ ਰੌਲਾ ਪੈ ਜਾਂਦਾ। ਹੋਰ ਗੱਲ ਕੀ ਸੀ, ਨਾ ਕੋਈ ਸੱਤਾਧਾਰੀ ਦੀ ਗੱਲ ਇਹਦੇ 'ਚ, ਨਾ ਕੋਈ ਸਰਕਾਰਾਂ ਦੀ ਗੱਲ, ਇਹ ਸਿੱਖਾਂ ਦੀ ਸੰਸਥਾ। ਅਤੇ ਜਦੋਂ ਦੋ ਕੈਂਡੀਡੇਟ ਮੈਦਾਨ 'ਚ ਹੁੰਦੇ ਆ, ਹੁਣ ਕਿਉਂਕਿ ਅੱਗੇ ਅੰਦਰ ਖਾਤੇ ਹੀ ਖੋਲ੍ਹਦੇ ਹੁੰਦੇ ਸੀ, ਅੰਦਰ ਹੀ ਹੁੰਦਾ ਸੀ, ਹੁਣ ਬਾਹਰ ਹੋ ਗਏ, ਹੁਣ ਸਾਰਿਆਂ ਨੂੰ ਪਤਾ ਕਿ ਇੱਕ ਹਰਜਿੰਦਰ ਸਿੰਘ ਧਾਮੀ ਚੋਣ ਲੜ ਰਹੇ ਆ, ਇੱਕ ਮੈਂ ਲੜ ਰਹੀ ਹਾਂ, ਅਤੇ ਜ਼ਰੂਰ ਜਿਹੜੇ ਸਿੱਖ ਹੋਣਗੇ ਉਹ ਆਪਣੇ ਮੈਂਬਰਾਂ ਨੂੰ, ਆਪਣੇ ਸਾਥੀਆਂ ਨੂੰ ਸੁਝਾਅ ਦੇਣਗੇ, ਸਲਾਹ ਦੇਣਗੇ, ਭਾਈ ਤੁਸੀਂ ਵੋਟ ਇੱਧਰ ਪਾਓ, ਨੈਚੁਰਲੀ ਹੈ। ਅਤੇ ਜਦੋਂ ਫਿਰ ਇਹੀ ਤਾਂ ਆਜ਼ਾਦ ਗੱਲ ਹੈ, ਇਹੀ ਤਾਂ ਲੋਕਾਂ ਦੀ ਸੋਚ ਦਾ ਪ੍ਰਗਟਾਵਾ ਪਤਾ ਲੱਗਦਾ ਵੀ ਲੋਕ ਕਿਹਨੂੰ ਚਾਹੁੰਦੇ ਆ, ਅਤੇ ਜੇ ਫਿਰ ਲੋਕ ਚਾਹੁੰਦੇ ਹੈ, ਲੋਕ ਕਹਿੰਦੇ ਹੈ, ਤਾਂ ਇਹ 'ਚ ਤਕਲੀਫ ਵੀ ਕਾਹਦੀ? ਇਹ ਕਾਹਦੀ ਤਕਲੀਫ ਹੈ ਜੀ, ਜਿਹਨੂੰ ਮਰਜ਼ੀ ਵੋਟ ਪਾਉਣ, ਜੇ ਆਪਣੇ ਨਾਲ ਦੇ ਸਾਥੀ ਜਿਨ੍ਹਾਂ ਨੇ ਚੁਣਿਆ ਹੁੰਦਾ ਉਹਨੂੰ ਸਲਾਹ ਨਹੀਂ ਦੇ ਸਕਦੇ ਮੈਂਬਰ ਨੂੰ? ਸੋ ਇਸ ਕਰਕੇ ਇਹੋ ਹੀ ਤਾਂ ਅਸੀਂ ਕਹਿੰਦੇ ਹੁੰਦੇ ਸੀਗੇ ਕਿ ਪਹਿਲਾਂ ਲੋਕਾਂ ਦੇ ਸਾਹਮਣੇ ਕੈਂਡੀਡੇਟ ਆ ਜਾਣੇ ਚਾਹੀਦੇ ਆ, ਤਾਂ ਜੋ ਉਹ ਆਪਣੇ ਸਾਥੀ ਨੂੰ ਜਿਹੜਾ ਮੈਂਬਰ ਹੁੰਦਾ, ਮੈਂਬਰ ਵੀ ਸਲਾਹ ਲੈ ਸਕੇ ਅਤੇ ਉਹ ਵੀ ਸਲਾਹ ਦੇ ਸਕਣ। ਉਹਦੀ ਗੱਲ ਹੋਰ ਪਾਸੇ ਲਾ ਦੇਣੀ ਜੀ, ਸਰਕਾਰਾਂ ਜੀ, ਇੱਥੇ ਪਾਰਟੀਆਂ ਜੀ, ਇੱਥੇ ਪੈਸੇ ਜੀ, ਮੈਨੂੰ ਤਾਂ ਸਮਝ ਨਹੀਂ ਹੁੰਦੀ, ਜਿੱਦਾਂ ਦਾ ਸ਼ੀਸ਼ਾ ਕਿਸੇ ਨੇ ਲਾਇਆ ਹੁੰਦਾ ਐਨਕ ਦਾ, ਉਵੇਂ ਦਿਸਦਾ, ਉਹ ਜਿਵੇਂ ਦੀ ਸੋਚ ਉਹਦੀ ਹੁੰਦੀ ਇਵੇਂ ਦੀ ਸੋਚਦੀ। ਸ਼੍ਰੋਮਣੀ ਕਮੇਟੀ ਦੇ ਮੈਂਬਰ ਤਾਂ ਵਿਚਾਰੇ ਕੋਈ ਡੀਏ ਨਹੀਂ ਲੈਂਦਾ, ਕੋਈ ਡੀਏ ਨਹੀਂ ਲੈਂਦਾ, ਕੋਈ ਗੱਡੀ ਨਹੀਂ ਲੈਂਦਾ, ਕੋਈ ਪੱਤਾ ਨਹੀਂ ਲੈਂਦਾ, ਕੋਈ ਤਨਖਾਹ ਨਹੀਂ ਲੈਂਦਾ, ਉਹ ਨਿਸ਼ਕਾਮ ਸੇਵਕ ਹੈ। ਉਹਨਾਂ ਦੀ ਕਿਰਦਾਰ ਕੁਸ਼ੀ ਕਰਨੀ ਔਰ ਉਹਨਾਂ 'ਤੇ ਸ਼ੱਕ ਕਰਨਾ, ਮੈਂ ਸਮਝਦੀ ਹਾਂ ਕਿ ਹਰਜਿੰਦਰ ਸਿੰਘ ਧਾਮੀ ਨੇ ਅੱਜ ਬਹੁਤ ਸੰਸਥਾ ਦਾ ਨੁਕਸਾਨ ਕੀਤਾ, ਕਿਉਂਕਿ ਉਸ ਕੁਰਸੀ 'ਤੇ ਬੈਠ ਕੇ, ਜਿਹੜੀ ਕੁਰਸੀ ਇੱਕ ਪਲੈਟਫਾਰਮ ਹੈ ਸ਼੍ਰੋਮਣੀ ਕਮੇਟੀ ਦਾ, ਉੱਥੇ ਬੈਠ ਕੇ ਸ਼੍ਰੋਮਣੀ ਕਮੇਟੀ ਦੇ ਖਿਲਾਫ ਹੀ ਬੋਲੀ ਜਾਂਦੇ, ਮੈਂਬਰਾਂ ਦਾ ਸਤਿਕਾਰ ਘਟਾਈ ਜਾਂਦੇ। ਸੋ ਮੈਂ ਉਹ ਵਿਕਾਊ ਮਾਲ ਹੈ ਕੋਈ, ਉਹ ਕੋਈ ਇੰਨੀ ਜ਼ਮੀਰ ਮਰੀ ਹੈ ਕਿ ਉਹ ਪੈਸਿਆਂ ਪਿੱਛੇ ਵਿਕ ਜਾਣਗੇ? ਸੋ ਉਹ ਗੁਰਧਾਮਾਂ ਦੀ ਸੇਵਾ ਸੰਭਾਲ ਕਰ ਰਹੇ ਹੈ, ਧਰਮ ਸਥਾਨਾਂ ਦੀ ਸੇਵਾ ਸੰਭਾਲ ਕਰ ਰਹੀ ਹੈ, ਉਹ ਕਿੱਦਾਂ ਕਰ ਸਕਦਾ? ਸੋ ਮੈਂ ਸਮਝਦੀ ਹਾਂ ਕਿ ਬਹੁਤ ਮਾੜੀ ਸੀ ਮਨਿੰਦਰਯੋਗ ਉਹਨਾਂ ਨੇ ਸ਼ਬਦਾਵਲੀ ਵਰਤੀ ਹੈ। ਚਾਹੀਦਾ ਉਹਨਾਂ ਨੂੰ ਇਹ ਸੀਗਾ ਕਿ ਪੂਰਾ ਸਾਲ ਮੇਰਾ ਬੀਤ ਗਿਆ, ਪਿਛਲੇ ਸਮੇਂ 'ਚ ਕਮੀਆਂ ਰਹੀਆਂ ਹੋਣਗੀਆਂ, ਕਮਜ਼ੋਰੀਆਂ ਰਹੀਆਂ ਹੋਣਗੀਆਂ, ਆਪਾਂ ਆਉਣ ਵਾਲੇ ਸਮੇਂ 'ਚ ਵਧੀਆ ਕਰਾਂਗੇ, ਆਪਣਾ ਰਿਪੋਰਟ ਕਾਰਡ ਪੇਸ਼ ਕਰਦੇ ਵੀ ਮੈਂ ਇਸ ਸਾਲ 'ਚ ਕੀ ਕੀਤਾ, ਪਿਛਲੇ ਸਾਲ 'ਚ ਕੀ ਕੀਤਾ ਸੀ, ਤਿੰਨਾਂ ਸਾਲਾਂ 'ਚ ਕੀ ਕੀਤਾ ਸੀ। ਔਰ ਤੁਸੀਂ ਅੱਜ ਵੀ ਪੁੱਛੋਗੇ ਤਾਂ ਮੈਂ ਸਾਰੀਆਂ ਸ਼੍ਰੋਮਣੀ ਕਮੇਟੀ ਦੀਆਂ ਪ੍ਰਾਪਤੀਆਂ ਗੁਣਾ ਸਕਦੀ ਹੈ, ਪਰ ਉਹਨਾਂ ਦੇ ਪੱਲੇ ਕੱਖ ਨਹੀਂ ਕੀਤਾ ਹੀ ਕੱਖ ਨਹੀਂ।
ਬੀਬੀ ਜੀ ਇੱਥੋਂ ਤੱਕ ਵੀ ਲਾਏ ਗਏ ਨੇ ਲੰਘੇ ਕੁਝ ਦਿਨਾਂ ਦੇ ਵਿੱਚ, ਕਹਿੰਦੇ ਕਿ ਭਾਵੇਂ ਉਹ ਅਕਾਲੀ ਦਲ ਸੁਧਾਰ ਲੈ ਰਿਹਾ ਭਾਵੇਂ ਕੱਲੇ ਬੀਬੀ ਜਗੀਰ ਕੌਰ ਨੇ, ਉਹਨਾਂ ਦੇ ਪਿੱਛੇ ਕਹਿੰਦੇ ਕਿ ਬੀਜੇਪੀ ਦੀ ਪੂਰੀ ਸਪੋਰਟ ਹੈਗੀ। ਬੀਜੇਪੀ ਨਹੀਂ, ਮੈਨੂੰ ਇਹ ਵੀ ਨਹੀਂ ਪਤਾ RSS ਦੇ ਕੌਣ ਹੈ ਅਤੇ ਬੀਜੇਪੀ ਦੇ ਲੀਡਰ। ਠੀਕ ਹੈ ਬਣੇ ਨੇ, ਸਰਕਾਰ ਬਣੀ ਹੈ ਜੀ, ਉਹ ਬੀਜੇਪੀ ਦੀ ਨਹੀਂ ਹੈ, ਉਹ ਸਾਰੀ ਸਰਕਾਰ ਦੇਸ਼ ਦੀ ਹੈ। ਮੇਰਾ ਤਾਂ ਉਹਨਾਂ ਨਾਲ ਸੰਬੰਧ ਕੋਈ ਨਹੀਂ ਜੀ, ਮੈਨੂੰ ਕੋਈ ਕੰਮ ਨਹੀਂ, ਮੇਰੀ ਕੋਈ ਬਿਜ਼ਨਸ ਨਹੀਂ, ਮੈਂ ਉਹਨਾਂ ਕੋਲ ਕਿਤੇ ਜਾਣਾ ਨਹੀਂ, ਮੈਂ ਕਿਸੇ ਭਰਤੀ ਨਹੀਂ ਕਰਾਉਣਾ ਕਿਸੇ ਨੂੰ, ਮੈਂ ਕਿਸੇ ਬਦਲੀ ਨਹੀਂ ਕਰਾਉਣੀ ਕਿਸੇ ਦੀ, ਨਾ ਮੇਰੀ ਕੋਈ ਏਜੰਸੀ ਚੱਲਦੀ ਹੈ ਜਾਂ ਕੋਈ ਫਿਰ ਸ਼ੈਲਰ ਚੱਲਦੇ ਹੈ ਜਾਂ ਮੇਰੇ ਕੋਈ ਮਾਹੌਲ ਚੱਲਦੇ ਹੈ ਜਿਹੜਾ ਮੇਰੇ ਕੋਈ ਕੰਮ ਪਵੇ। ਮੈਨੂੰ ਤਾਂ ਕੰਮ ਹੀ ਕੋਈ ਨਹੀਂ ਸਰਕਾਰਾਂ ਨਾਲ, ਮੇਰੀ ਤਾਂ ਆਜ਼ਾਦ ਜ਼ਿੰਦਗੀ ਹੈ ਜੀ, ਮੈਂ ਆਪਣੀ ਜ਼ਿੰਦਗੀ ਜਿਉਂਦੀ ਹੈ। ਜਿਹੜੀ ਗੱਲ ਹੈਗੀ ਹੈ ਕਿ ਉਹਦੇ ਪਿੱਛੇ ਬੀਜੇਪੀ ਹੈ, ਮੈਨੂੰ ਤਾਂ ਸਮਝ ਨਹੀਂ ਆਉਂਦੀ, ਉਹ ਲੋਕ ਜਿਨ੍ਹਾਂ ਨੇ ਸਾਰੀ ਉਮਰ ਬੀਜੇਪੀ ਦਾ ਹੀ ਆਨੰਦ ਮਾਣਿਆ ਹੋਵੇ, ਮਨਿਸਟਰੀਆਂ ਭੋਗੀਆਂ ਹੋਣ, ਉਹਨਾਂ ਕੋਲੋਂ ਫਾਇਦੇ ਲਏ ਹੋਣ, ਉੱਥੋਂ ਬੜੀਆਂ ਬੜੀਆਂ ਆਪਣੇ ਕੰਮ ਕਰਾਏ ਹੋਣ, ਅੱਜ ਉਹ ਗੱਲਾਂ ਕਰਦੇ, ਛੱਜ ਤਾਂ ਬੋਲੇ ਛਾੜਨੀ ਤਾਂ ਨਾ ਬੋਲੇ ਕਮ ਸੇ ਕਮ। ਅਤੇ ਪ੍ਰਧਾਨ ਜਿਹੜਾ ਇਹ ਉਹਨਾਂ ਨੇ ਬੋਲੀ ਜਿਵੇਂ ਬੁਲਾਉਣੀ ਹੈ, ਕਿਉਂਕਿ ਉਹ ਕਠਪੁਤਲੀ ਹੈਗਾ, ਅਤੇ ਮੈਂ ਤਾਂ ਉਸ ਗਰੀਬਾਂ ਦਾ ਧਿਆਨ ਰੱਖਦੀ ਹਾਂ ਪ੍ਰਧਾਨ ਦੀ ਕੁਰਸੀ ਦਾ, ਕਿ ਮੈਂ ਨਹੀਂ ਚਾਹੁੰਦੀ ਕਿ ਪ੍ਰਧਾਨ ਦੇ ਖਿਲਾਫ਼ ਬੋਲਾਂ, ਅਤੇ ਨਹੀਂ ਸੀ ਬੋਲਣਾ ਚਾਹੀਦਾ ਉਹਨਾਂ ਨੂੰ, ਉਹਨਾਂ ਗਲਤ ਕੀਤਾ ਜੋ ਕਿਤੇ ਕੀਤਾ, ਮੈਂ ਨਿੰਦਾ ਕਰਦੀ ਇਸ ਗੱਲ ਦੀ। ਪ੍ਰਧਾਨ ਜੀ ਚੰਗਾ ਹੁੰਦਾ ਆਪਣਾ ਰਿਪੋਰਟ ਕਾਰਡ ਦਿੰਦੇ, ਸਾਰੇ ਲੋਕਾਂ ਸਾਹਮਣੇ ਪੇਸ਼ ਕਰਦੇ, ਅਤੇ ਤਾਂ ਲੋਕਾਂ ਨੂੰ ਪਤਾ ਲੱਗਦਾ ਕਿ ਵਾਕਈ ਸ਼੍ਰੋਮਣੀ ਕਮੇਟੀ ਬਹੁਤ ਚੜ੍ਹਦੀ ਕਲਾ 'ਚ ਗਈ। ਉਹਨਾਂ ਦੇ ਸਗਾਂ ਆਦੇਸ਼ ਅਵੱਗਿਆ ਕੀਤੀ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਕੋਈ ਆਦੇਸ਼ ਨਹੀਂ ਮੰਨਿਆ, ਭਾਵੇਂ ਉਹ ਚੈਨਲ ਦੇ ਸੰਬੰਧ ਵਿੱਚ ਸੀਗਾ ਵੀ ਆਪਣਾ ਚੈਨਲ ਬਣਾਓ, ਭਾਵੇਂ ਉਹ ਬੰਦੀ ਸਿੱਖਾਂ ਦੀ ਰਿਹਾਈ ਦੀ ਗੱਲ ਸੀਗੀ, ਭਾਵੇਂ ਉਹ ਇੱਥੋਂ ਵਿਰਸਾ ਸੇਵਲ ਟੋਏ ਦੀ ਗੱਲ ਸੀ, ਉਹ ਨਹੀਂ ਕਰਾ ਸਕੇ। ਸਗਾਂ ਜਿਹੜਾ ਅਪਮਾਨ ਹੋਇਆ ਸਿੰਘ ਸਾਹਿਬਾਨਾਂ ਦਾ, ਉਹਨਾਂ ਨੂੰ ਤਾੜਨਾ ਕਰਨ ਲੱਗ ਪਿਆ ਸਗਾਂ, ਉਹਨਾਂ ਨੂੰ ਕੋਈ ਵਿਰਸਾ ਸੇਵਲ ਟੋਏ ਨੂੰ ਨਹੀਂ ਤਾੜਨਾ ਕੀਤੀ। ਸੋ ਇਹ ਗੱਲਾਂ ਤਾਂ ਲੋਕਾਂ ਜੱਗ ਜਾ ਰਿਹਾ, ਮੈਂ ਥੋੜ੍ਹਾ ਕਹਿੰਦੀ, ਕੋਈ ਅਪਮਾਨ ਕਰ ਰਹੇ ਤਖ਼ਤਾਂ ਦਾ ਅਧਿਕਾਰ ਖੇਤਰ ਜਿਹੜਾ ਤਖ਼ਤਾਂ ਦੇ ਹੈ ਜਥੇਦਾਰਾਂ ਦਾ, ਉਹਨੂੰ ਵੀ ਮਿਸਯੂਜ਼ ਕਰ ਰਹੇ। ਕਿਹਾ ਗਿਆ ਕਿ ਅਸੀਂ ਤਾਂ ਚਲੋ ਕਹਿੰਦੇ ਜਥੇਦਾਰ ਸਾਹਿਬ ਦੇ ਕੋਲ ਆ ਕੇ ਅਪੀਲ ਕੀਤੀ, ਗੁਜ਼ਾਰਿਸ਼ ਕੀਤੀ, ਪਰ ਕਹਿੰਦੇ ਬੀਬੀ ਜਗੀਰ ਕੌਰ ਦਾ ਮਾਮਲਾ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਵਿੱਚ ਲਿਆਂਦਾ ਗਿਆ ਸੀਗਾ, ਆਇਆ ਸੀਗਾ, ਪਰ ਬੀਬੀ ਜਗੀਰ ਕੌਰ ਕਹਿੰਦੇ ਆਪ ਮੁਹਾਰੇ ਹੀ ਖੜ ਗਏ, ਇੱਕ ਵਾਰੀ ਪੁੱਛਣਾ ਵੀ ਵਾਜਬ ਨਹੀਂ ਸਮਝ। ਮੈਂ ਕਦ ਤੋਂ ਪੁੱਛਾਂ ਜੀ, ਮੈਂ ਕੋਈ ਤਨਖਾਹੀ ਹਾਂ ਜਿਹੜੀ ਮੈਂ ਪੁੱਛਣਾ? ਕਮਾਲ ਹੈ, ਜੇ ਇਹਨਾਂ ਨੇ ਮੂਰਖਕਤਾ ਹੀ ਕੀਤੀ ਹੈ ਕਿ ਬੀਬੀ ਨੂੰ ਚੋਣ ਲੜਨ ਤੋਂ ਰੋਕਿਆ ਜਾਵੇ, ਅਤੇ ਉਹ ਬੰਦੇ ਕੌਣ ਸੀ, ਉਹਦੇ ਸਾਹਮਣੇ ਨਹੀਂ ਆਇਆ, ਮੈਨੂੰ ਤਾਂ ਪਤਾ ਨਹੀਂ ਲੱਗਾ ਕਿ ਇਹਨੇ ਸ਼ਿਕਾਇਤ ਕਿਹਨੂੰ ਕਰਾਈ, ਅਤੇ ਸ਼ਿਕਾਇਤ ਕੀ ਸੀ, ਸਾਰੀ ਦੁਨੀਆ ਦੇ ਲੋਕਾਂ ਨੇ ਵੇਖ ਲਿਆ ਇਹਨਾਂ ਦਾ ਜਲੂਸ ਜਿਹੜਾ ਸੀ ਸ਼੍ਰੀ ਅਕਾਲ ਜਥੇਦਾਰ ਦੀ। ਜੇ ਗੱਲ ਨਹੀਂ, ਮੈਂ ਸਪਸ਼ਟੀਕਰਨ ਦੇ ਕੇ ਆਈ ਹੈ, ਪੁੱਛ ਲੈਣ ਮੈਨੂੰ, ਉਹਨਾਂ ਨਹੀਂ ਪੁੱਛਿਆ, ਇਹਦਾ ਮਤਲਬ ਸੈਟਿਸਫਾਈ ਨੇ, ਅਤੇ ਮੈਂ ਕਿਉਂ ਨਹੀਂ ਚੋਣ ਲੜਾਂਗੀ ਜੀ, ਦੱਸੋ ਮੈਨੂੰ ਕੋਈ ਬਾਹਰ ਕੱਢਿਆ ਹੋਇਆ ਕੌਮ 'ਚੋਂ, ਜਾਂ ਮੈਨੂੰ ਕੋਈ ਤਨਖਾਹੀ ਕੀਤਾ ਹੋਇਆ ਜਿਹੜੀ ਮੈਂ ਉੱਥੋਂ ਲਵਾਂ, ਇਜਾਜ਼ਤ ਲਵਾਂ? ਮੈਂ ਆਪਣੀ ਸੇਵਾ ਕਰ ਰਹੀ ਹਾਂ ਅਤੇ ਸੇਵਾ ਕਰਾਂਗੀ। ਹੁਣ ਜ਼ਿਮਨੀ ਚੋਣਾਂ ਦੀ ਗੱਲ ਕਰਨੀ ਵੀ ਲਾਜ਼ਮੀ ਹੈ, ਐਡੀ ਪੁਰਾਣੀ ਪਾਰਟੀ, ਐਡੀ ਇਤਿਹਾਸਕ ਪਾਰਟੀ ਅੱਜ ਅਚਾਨਕ ਫੈਸਲਾ ਕਰ ਲੈਂਦੀ ਹੈ ਕਿ ਨਹੀਂ ਅਸੀਂ ਪ੍ਰਧਾਨ ਸਾਡੇ ਨਾਲ ਨਹੀਂ ਹੈਗੇ ਤਾਂ ਕਰਕੇ ਅਸੀਂ ਚੋਣ ਨਹੀਂ ਲੜਾਂਗੇ, ਇੱਕ ਬੰਦੇ ਪਿੱਛੇ ਸਾਰੀ ਪਾਰਟੀ ਦੀ ਪਿੱਠ ਲੱਗ ਗਈ ਫਿਰ? ਦੇਖੋ ਜੀ, ਹੈ ਹੀ ਇੱਕ ਬੰਦੇ ਦੀ ਗੱਲ ਹੈ, ਇੱਥੇ ਪਾਰਟੀ ਤਾਂ ਹੈ ਹੀ, ਜਿਹੜੇ ਬੈਠੇ ਨੇ ਉੱਥੇ ਉਹ ਜਿੱਦਾਂ ਲਾਸ਼ਾਂ ਹੁੰਦੀਆਂ ਇੱਦਾਂ ਹੀ ਬੈਠੇ ਹੁੰਦੇ, ਮੁਰਦਾ ਲਾਸ਼ਾਂ, ਕਿਸੇ ਨੂੰ ਪਤਾ ਹੀ ਨਹੀਂ, ਕੋਈ ਤਾਕਤ ਹੀ ਨਹੀਂ, ਲੋਕਾਂ ਨੇ ਡਿਫੈਂਡ ਕਿੱਦਾਂ ਕਰਨਾ, ਲੋਕਾਂ 'ਚ ਗੱਲ ਕੀ ਕਰਨੀ, ਜਾ ਕੇ ਲੋਕਾਂ ਨੂੰ ਕਿਵੇਂ ਸੁਚੇਤ ਕਰਨਾ, ਲੋਕਾਂ ਨੂੰ ਕਿਵੇਂ ਲਾਮਬੰਦ ਕਰਨਾ, ਬਿਲਕੁਲ ਨਿਰਜਿੰਦ ਹੋ ਗਈ ਪਾਰਟੀ ਹੈ। ਤਾਂ ਹੀ ਕਰਕੇ ਤਾਂ ਕੱਲ੍ਹ ਹਿੰਮਤ ਨਹੀਂ ਪਈ ਕਿਸੇ ਦੀ, ਪ੍ਰਧਾਨ ਨਹੀਂ ਲੜ ਸਕਦਾ ਸੀਗਾ ਅਤੇ ਬਾਕੀ ਪਾਰਟੀ ਹੈ ਨਹੀਂ ਇਹਦਾ ਮਤਲਬ। ਸੋ ਇਹ ਇੱਕ ਵਨ ਮੈਨ ਸ਼ੋਅ ਚੱਲਦਾ ਸੀ ਪਹਿਲਾਂ ਦਾ, ਅਸੀਂ ਕਹਿੰਦੇ ਸੀ ਕੱਲ੍ਹ ਉਹਨਾਂ ਮੋਹਰ ਲਾਤੀ, ਜਰਨੈਲ ਦੀ ਲੋੜ ਹੈ ਸਾਨੂੰ, ਜਰਨੈਲ ਸਾਡੇ, ਚਲੋ ਬਾਕੀ ਕੀ ਕਰਦੇ ਨੇ ਉੱਥੇ, ਜੇ ਇਕੱਲਾ ਜਰਨੈਲ ਨਹੀਂ ਲੜਨਾ ਤਾਂ ਬਾਕੀ ਕਰਦੇ, ਆਰਾਮ ਨਾਲ ਘਰ ਬੈਠਿਆ ਕਰ। ਉਹ ਤਾਂ ਕਹਿੰਦੇ ਸਾਡੇ ਕੋਲ ਕੋਰ ਕਮੇਟੀ ਸਾਡੀ ਜੀ, PAC ਸਾਡੀ ਜੀ, ਸਰਕਲ ਪ੍ਰਧਾਨ ਸਾਡੇ, ਜ਼ਿਲ੍ਹਾ ਪ੍ਰਧਾਨ ਸਾਡੇ, ਇੰਚਾਰਜ ਸਾਰੇ ਸਾਡੇ, ਸਾਡੀ ਪਾਰਟੀ ਬੜੀ ਵੱਡੀ ਹੈ, ਸਾਨੂੰ ਕਹਿੰਦੇ 4 ਕੁ ਬੰਦੇ ਗਏ ਇਹਨਾਂ ਦੇ ਪੱਲੇ ਕੀ ਹੈ, ਅਸੀਂ ਤਾਂ ਫਿਰ ਵੀ ਦੁਨੀਆਂ 'ਚ ਤੁਰੇ ਫਿਰਦੇ, ਅਸੀਂ ਲੋਕਾਂ 'ਚ ਜਾ ਰਹੇ ਹਾਂ ਤਾਂ ਲੋਕਾਂ 'ਚ ਜਾਣ ਦੀ ਹਿੰਮਤ ਹੀ ਨਹੀਂ। ਸਵਾਲ ਹੀ ਇਹੀ ਹੈ, ਜਿਹਨਾਂ ਕੋਲ ਇੰਨੀ ਸਿਕਿਉਰਿਟੀ ਹੈ, ਇੰਨੀ ਗੱਡੀਆਂ ਦੇ ਨਾਲ ਸਿਕਿਉਰਿਟੀ ਘੁੰਮਦੀ ਹੈ, ਉਹ ਲੀਡਰ ਕੀ ਅੱਜ ਪਾਰਟੀ ਨੂੰ ਤੋਰ ਨਹੀਂ ਸਕਦੇ, ਜਾਂ ਉਹਨਾਂ ਕੋਲ ਇੰਨਾ ਸਟੈਮਿਨਾ ਹੀ ਹੈ ਨਹੀਂ ਕਿ ਪਾਰਟੀ ਅੱਗੇ ਤੋਰ ਸਕਣ? ਨਹੀਂ, ਉਹ ਤਾਂ ਆਪਣਾ ਆਨੰਦ ਲੈ ਰਹੇ ਜੀ ਸਿਕਿਉਰਿਟੀ ਦੇ ਨਾਲ, ਬਸ ਇੱਧਰ ਜਾਓ ਤਾਂ ਸਲੂਟ ਵੱਜ ਜਾਣਗੇ, ਬਸ ਗੱਲ ਖਤਮ। ਪਾਰਟੀ ਦੇ ਥੋੜ੍ਹੀ ਫਿਕਰ ਕਿਸੇ ਨੂੰ, ਪਾਰਟੀ ਦੇ ਫਿਕਰ ਹੈ ਹੀ ਨਹੀਂ। ਅਕਾਲੀ ਦਲ ਦੀ ਇੱਕ ਦੂਸਰੇ ਪੱਧਰ ਦੀ ਲੀਡਰਸ਼ਿਪ ਹੋਣੀ ਚਾਹੀਦੀ ਸੀਗੀ, ਜਿਹੜੀ ਇੱਦਾਂ ਦੀ ਐਮਰਜੈਂਸੀ ਸਿਚੁਏਸ਼ਨ ਦੇ ਵਿੱਚ ਪਾਰਟੀ ਤੋਰ ਸਕਦੀ, ਕੀ ਤੁਹਾਨੂੰ ਕਾਰਨ ਲੱਗਦੇ ਆ ਕਿ ਉਹ ਨਹੀਂ ਬਣ ਸਕੀ? ਨਹੀਂ, ਬਣ ਨਹੀਂ ਦੇਣਾ ਚਾਹੁੰਦੇ, ਨਾ ਹੀ ਸਾਡੇ ਲੋਕ ਜਿਹੜੇ ਉਹਨਾਂ 'ਚ ਜਾਣ ਹੈਗੀ ਉਹ ਬਣ ਸਕਣ, ਜਿਹਨਾਂ 'ਚ ਜਾਣਾ ਸੀ ਉਹ ਪਾਸੇ ਹੋ ਗਏ। ਅਕਾਲੀ ਦਲ ਤਾਂ ਇਤਿਹਾਸ ਵੇਖੀਏ, ਐਡੇ ਐਡੇ ਪਰਿਵਾਰ ਹੈ, ਭਾਵੇਂ ਉਹ ਟੌੜਾ ਪਰਿਵਾਰ ਹੈ, ਭਾਵੇਂ ਕੋਈ ਹੋਰ ਪਰਿਵਾਰ ਹੈ, ਤੁਸੀਂ ਆਪ ਉਹ ਦੇਖੋ ਜੀ, ਉਹ ਬਰਾਬਰ ਦਾ ਨਹੀਂ ਲੀਡਰ ਬਣ ਦੇਣਾ ਚਾਹੁੰਦੇ, ਔਰ ਜਿਹੜੇ ਤਾਂ ਵਿਚਾਰੇ ਕੋਈ ਅਣਖ ਵਿੱਚ ਹੁੰਦੇ ਆ, ਜਿਹੜਾ ਕੋਈ ਜਾਨ ਰੱਖਦੇ ਆ, ਜਿਹੜੀ ਕੋਈ ਮਾੜੀ ਮੋਟੀ ਸੋਝੀ ਰੱਖਦੇ ਆ, ਉਹ ਤਾਂ ਪਾਸੇ ਹੋ ਜਾਂਦੇ ਆ, ਅਤੇ ਜਿਹੜੇ ਗੁਲਾਮ ਹੀ ਬਣਨਾ ਸਿੱਖੇ ਆ ਜੀ, ਉਹਨਾਂ ਦੇ ਪੈਰਾਂ 'ਤੇ ਹੀ ਤੁਰਨਾ ਸਿੱਖੇ ਆ, ਉਹਨਾਂ ਦੀ ਤਾਕਤ ਨਾਲ ਹੀ ਕਮਾਉਣਾ ਸਿੱਖੇ ਹੈ,
ਜਿੰਨੀ ਚੋਣਾਂ ਨਹੀਂ ਲੜਨੀਆਂ ਪਰ ਪ੍ਰਧਾਨ ਦੀ ਜਿਹੜੀ ਚੋਣ ਹੈ ਉਹ ਕਹਿੰਦੇ ਲੜਾਂਗੇ ਔਰ ਉਹ ਲਾਣ ਵੀ ਨਹੀਂ ਨਾ ਦੋ ਪੈਮਾਨੇ ਹੈ ਇਹਦਾ ਕਬਜ਼ਾ ਨਾ ਛੁੱਟ ਜਾਵੇ ਕਿਉਂਕਿ ਇਹ ਤਾਕਤ ਕੀ ਵਰਤ ਕੇ ਉਹ ਆਪਣੇ ਆਪ ਨੂੰ ਤਕੜਾ ਕਰਾ ਕਰਦੇ ਆਪਣੀ ਤਾਕਤ ਹੀ ਕੋਈ ਨਹੀਂ ਰਹਿ ਗਈ ਆਹ ਸਾਰੀ ਤਾਕਤ ਆਪਣੀ ਚੋਲੀ 'ਚ ਪਾਉਣੀ ਚਾਹੁੰਦੇ ਬੀਬੀ ਜੀ ਮੈਂ ਇਸ ਮਾਮਲੇ ਨੂੰ ਲੈ ਕੇ ਜੇ ਗੱਲ ਕਰੀਏ ਖਾਸ ਤੌਰ ਦੇ ਉੱਤੇ ਜ਼ਿਮਨੀ ਚੋਣਾਂ ਦਾ ਜਿਹੜਾ ਸਿਚੁਏਸ਼ਨ ਬਣੀ ਹੋਈ ਹੈ ਤੁਹਾਨੂੰ ਐਂ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਓਪਰਚੁਨਿਟੀ ਵੀ ਸੀ ਕੋਈ ਆਪਸ਼ਨ ਵੀ ਸੀਗਾ ਜੇ ਚਲੋ ਸੁਖਬੀਰ ਸਿੰਘ ਬਾਦਲ ਨਹੀਂ ਸੀ ਉਹਨਾਂ ਕੋਲ ਲੀਡਰ ਸੀ ਇੱਦਾਂ ਦੇ ਕਿ ਤਾਰ ਸਕਦੇ ਸਾਰੇ ਲੀਡਰ ਸੀਗੇ ਜੀ ਆਹ ਸੋਨੂੰ ਲਗਾ ਹਰੀ ਮੁੰਡਾ ਤਿਆਰੀ ਕਰਨ ਰਹੇ ਸੀਗੇ ਹਰਸਿਮਰਤ ਰੋਜ਼ ਹੀ ਉੱਥੇ ਜਾ ਕੇ ਗਿੱਦੜਵਾਏ ਕੰਮ ਕਰ ਰਹੀ ਸੀਗੀ ਸਾਰੇ ਰੋਜ਼ੀ ਪ੍ਰਕੰਦੀ ਕੀ ਬੰਟੀ ਸਾਰੇ ਉੱਥੇ ਕਰਦੇ ਸੀ ਜਮਾਨ ਜੋ ਵੀ ਉੱਥੇ ਲੱਗੇ ਸੀ ਲੋਕ ਕਹਿੰਦੇ ਸੀਗੇ ਅਕਾਲੀ ਦਲ ਦੀ ਇੱਥੇ ਇਸ ਵੇਲੇ ਆਧਾਰ ਠੀਕ ਹੈ ਸਾਰਾ ਗਿੱਦੜਵਾ ਇਹਨਾਂ ਦਾ ਹੀ ਰਿਹਾ ਸਿਰਫ ਇੰਨਾ ਕੀ ਲੱਗਦਾ ਮੈਨੂੰ ਕਿ ਪਰਿਵਾਰ ਦਾ ਇੱਕ ਲੜ ਰਿਹਾ ਲੀਡਰ ਭਾਜਪਾ ਵੱਲ ਇੱਧਰੋਂ ਜਿਹੜਾ ਇਹਨਾਂ ਨੇ ਖੜਾ ਕੀਤਾ ਸੀ ਉਹ ਭਾਜਪਾ 'ਚ ਤੋੜ ਦਿੱਤਾ ਉੱਧਰੋਂ ਭਾਜਪਾ ਦਾ ਖੜਾ ਸੀ ਉਹਦੀ ਸਪੋਰਟ ਵਿੱਚ ਇਹਨਾਂ ਨੇ ਬੰਦ ਕਰ ਦਿੱਤਾ ਜਿਹੜੀ ਗੱਲ ਚੱਲਦੀ ਹੈ ਕਿ ਅੰਦਰ ਖਾਤੇ ਭਾਜਪਾ ਦੀ ਸਪੋਰਟ ਹੋ ਸਕਦੀ ਤੁਹਾਨੂੰ ਲੱਗਦਾ ਸਹੀ ਇਹਨਾਂ ਦੀ ਪਰਿਵਾਰ ਦੀ ਅੰਦਰ ਖਾਤੇ ਹੈਗੀ ਹੈ ਜਦੋਂ ਉਹ ਲੜਦੀ ਹੈ ਚੋਣ ਉਹ ਪਿੰਡਾਂ 'ਚ ਕਹਿ ਦਿੰਦੇ ਆ ਵੀ ਉਹਨੂੰ ਵੋਟਾਂ ਪਾਓ ਵੀ ਇੱਕ ਜੀ ਜਿਹੜਾ ਖੜਾ ਉਹਨੂੰ ਕਾਮਯਾਬ ਕਰੋ ਇੱਥੇ ਆ ਕੇ ਗੱਲ ਹੋਤਰ ਨਹੀਂ ਹੋ ਜਾਂਦੀ ਤੁਸੀਂ ਕਹਿੰਦੇ ਉਹਨਾਂ ਨੂੰ ਹੈਗੀ ਆ ਸਪੋਰਟ ਉਹ ਕਹਿੰਦੇ ਤੁਹਾਨੂੰ ਹੈਗੀ ਆ ਸਪੋਰਟ ਕਹਿੰਦੀ ਨਹੀਂ ਸਪੋਰਟ ਮੈਂ ਤਾਂ ਕਹਿੰਦੀ ਕਿ ਆਪਸ 'ਚ ਇਹਨਾਂ ਦਾ ਪਰਿਵਾਰਕ ਤੌਰ 'ਤੇ ਰਿਸ਼ਤਾ ਹੀ ਇੱਦਾਂ ਦਾ ਕਿ ਇਹਨਾਂ ਨੇ ਨਾ ਲੜਨਾ ਮਨਜ਼ੂਰ ਕਰ ਲਿਆ ਵੀ ਆਪਣਾ ਭਰਾ ਨਾ ਸਾਡਾ ਹਰਜੇ ਸਪੋਰਟ ਦਾ ਮਤਲਬ ਮੈਂ ਤਾਂ ਨਹੀਂ ਕਹਿੰਦੀ ਕਿ ਉਹ ਉਹਨਾਂ ਨੂੰ ਉਹਨਾਂ ਲਈ ਵੋਟਾਂ ਮੰਗ ਰਹੇ ਆ ਜੋ ਕੁਛ ਵੀ ਪਿੱਛੇ ਹਟ ਜਾਣਾ ਮਤਲਬ ਸਪੋਰਟ ਹੀ ਹੁੰਦੀ ਹੈ ਜੀ ਹੁਣ ਗਾਂ ਮੈਂ ਅੰਤ ਵਿੱਚ ਹੀ ਆਉਂਦਾ ਮੈਨੂੰ ਪਤਾ ਕਿ ਤੁਸੀਂ ਵੀ ਮਸ਼ਰੂਫ ਹੋ ਅੰਤ ਵਿੱਚ ਆਉਂਦੇ ਆਉਂਦੇ ਕਿਸ ਤਰ੍ਹਾਂ ਦਾ ਭਵਿੱਖ ਦੇਖਦੇ ਹੋ ਕਿਉਂਕਿ ਇਹ ਤਾਂ ਜ਼ਿਮਨੀ ਚੋਣਾਂ ਸੀਗੀਆਂ ਇੱਥੇ ਤਾਂ ਆਪਣੇ ਆਪਣੇ ਹਲਕੇ ਦੇ ਬੰਦੇ ਦਾ ਦਬਦਬਾ ਹੁੰਦਾ ਇਹੀ ਨਹੀਂ ਲੜੀਆਂ ਤਾਂ ਫਿਰ ਹੁਣ ਗਾਂ ਕਿੱਦਾਂ ਦਾ ਭਵਿੱਖ ਦੇਖਦੇ ਹੋ ਦੇਖੋ ਫਿਲਹਾਲ ਤਾਂ ਬਹੁਤ ਮਿਹਨਤ ਕਰਨੀ ਪਏਗੀ ਅਸੀਂ ਨਹੀਂ ਉੱਠਣ ਦਾ ਤਾਂ ਕੋਈ ਗੱਲ ਨਹੀਂ ਪਬਲਿਕ ਤਾਂ ਆਉਣ ਨੂੰ ਤਿਆਰ ਹੈ ਪਰ ਲੀਡਰ 'ਚ ਜਾਣ ਨਹੀਂ ਹੈਗੀ ਪਬਲਿਕ ਤਾਂ ਆਮ ਨੂੰ ਵੀ ਛੱਡ ਗਈ ਹੁਣ ਵੋਟਾਂ ਜਿਹੜੀਆਂ ਇਸ ਵੇਲੇ ਕੈਡਰ ਕਿੱਧਰ ਜਾਏਗਾ ਵਰਕਰ ਕਿੱਥੇ ਜਾਏਗਾ ਵੋਟਰ ਕਿੱਥੇ ਜਾਏਗਾ ਬਾਈਕਾਟ ਤਾਂ ਕਰਨ ਹੋ ਰਿਹਾ ਹਰ ਇੱਕ ਨੇ ਆਪਣਾ ਵੋਟ ਦਾ ਅਧਿਕਾਰ ਵਰਤਣਾ ਅਤੇ ਫਿਰ ਕੋਈ ਕਾਂਗਰਸ ਨੂੰ ਜਾਏਗਾ ਕੋਈ ਬੀਜੇਪੀ ਨੂੰ ਜਾਏਗਾ ਕੋਈ ਆਪ ਨੂੰ ਜਾਏਗਾ ਟੁੱਟ ਗਏ ਫਿਰ ਜਿਹੜੇ ਹੈ ਸੀ ਉਹ ਵੀ ਟੁੱਟ ਜਾਣੇ ਸੁਧਾਰ ਲਹਿਰ ਵੱਲੋਂ ਕੋਈ ਹੈ ਪ੍ਰੋਗਰਾਮ ਇੱਦਾਂ ਸਿਆਸੀ ਤੌਰ 'ਤੇ ਵਿਚਰਨ ਨਹੀਂ ਅਸੀਂ ਸਿਆਸੀ ਤੌਰ 'ਤੇ ਵਿਚਰੇ ਹਾਂ ਜੀ ਅਸੀਂ ਲੋਕਾਂ ਨੂੰ ਲਾਮਬੰਦ ਕਰ ਰਹੇ ਹਾਂ ਤਕੜੇ ਕਰ ਰਹੇ ਹਾਂ ਵੀ ਅਕਾਲੀ ਦਲ ਨਹੀਂ ਟੁੱਟਣ ਦੇਣਾ ਆਪਾਂ ਪ੍ਰੈਜ਼ੀਡੀਅਮ ਬਣਾਈ ਹੈ ਆਉਣ ਵਾਲੇ ਸਮੇਂ 'ਚ ਅਸੀਂ ਹੋਰ ਤਕੜੇ ਹੋਵਾਂਗੇ ਬੀਬੀ ਜਗੀਰ ਕੌਰ ਸਾਡੇ ਨਾਲ ਮੌਜੂਦ ਸੀ ਔਰ ਜੋ ਗੱਲਾਂ ਉਹਨਾਂ ਨੇ ਗਾਂਹ ਰੱਖੀਆਂ ਨੇ ਸੋਚਣ ਯੋਗ ਨੇ ਜੋ ਵੀ ਹੋਏਗਾ ਆਉਂਦੇ ਸਮੇਂ ਨੂੰ ਦੱਸਦੇ ਰਹਾਂਗੇ ਬਣੇ ਰਹੋ ਵਨ ਇੰਡੀਆ ਪੰਜਾਬੀ 'ਤੇ